ਸਿੱਖਿਆ ਵਿਭਾਗ ਪੰਜਾਬ ਸਰਕਾਰ ਵੱਲੋਂ ਸਕੂਲ ਐਨਰੋਲਮੈਂਟ ਡਰਾਈਵ ਸ਼ੁਰੂ ਕੀਤੀ ਗਈ ਹੈ ਜਿਸ ਦੇ ਵਿੱਚ ਛੋਟੇ ਬੱਚਿਆਂ ਨੂੰ ਸਕੂਲ ਦੇ ਵਿੱਚ ਦਾਖਲਾ ਦਿਲਾਉਣ ਲਈ ਇੱਕ ਰੈਲੀ ਕੱਢੀ ਜਾ ਰਹੀ ਹੈ। ਇਸ ਦੇ ਨਾਲ ਹੀ ਇੱਕ ਗੱਡੀ ਤਿਆਰ ਕੀਤੀ ਗਈ ਹੈ ਜੋ ਹਰ ਪਿੰਡ 'ਚ ਜਾ ਕੇ ਪੇਰੈਂਟਸ ਨੂੰ ਅਤੇ ਬੱਚਿਆਂ ਨੂੰ ਮੋਟੀਵੇਟ ਕਰੇਗੀ ਕਿ ਆਪਣੇ ਸਰਕਾਰੀ ਸਕੂਲਾਂ ਦੇ ਵਿੱਚ ਦਾਖਲਾ ਕਰਾਓ। ਅਸੀਂ ਦੇਖ ਰਹੇ ਹਾਂ ਕਿ ਪੰਜਾਬ ਸਰਕਾਰ ਦੀ ਪਾਲਿਸੀ ਦੀਆਂ ਜੋ ਵੀ ਆ ਰਹੀ ਹੈ ਉਹਨਾਂ ਕਰਕੇ ਹੁਣ ਕਾਫੀ ਬੱਚੇ ਪ੍ਰਾਈਵੇਟ ਸਕੂਲਾਂ ਤੋਂ ਨਿਕਲ ਕੇ ਸਰਕਾਰੀ ਸਕੂਲਾਂ ਵਿੱਚ ਦਾਖਲਾ ਲੈਣ ਲੱਗੇ ਹੈ। ਸਾਡੇ ਸਰਕਾਰੀ ਸਕੂਲ ਦਾ ਜੋ ਐਜੂਕੇਸ਼ਨ ਦੀ ਕੁਆਲਿਟੀ ਹੈ, ਉੱਥੇ ਜੋ ਇਨਫਰਾਸਟ੍ਰਕਚਰ ਹੈ, ਹੁਣ ਬਿਲਕੁਲ ਪ੍ਰਾਈਵੇਟ ਸਕੂਲਾਂ ਦੇ ਇਨਫਰਾਸਟ੍ਰਕਚਰ ਅਤੇ ਪ੍ਰਾਈਵੇਟ ਸਕੂਲਾਂ ਦੀ ਕੁਆਲਿਟੀ ਆਫ ਲਰਨਿੰਗ ਦੇ ਮੁਕਾਬਲੇ ਬਰਾਬਰ ਆਈ ਜਾ ਰਿਹਾ ਹੈ। ਇਸ ਕਰਕੇ ਬਹੁਤ ਸਾਰੇ ਬੱਚੇ ਪ੍ਰਾਈਵੇਟ ਸਕੂਲਾਂ ਨੂੰ ਛੱਡ ਕੇ ਸਰਕਾਰੀ ਸਕੂਲਾਂ ਦੇ ਵਿੱਚ ਐਡਮਿਸ਼ਨ ਲੈ ਰਹੇ ਨੇ, ਦਾਖਲਾ ਲੈ ਰਹੇ ਨੇ। ਮੈਂ ਪੰਜਾਬ ਸਰਕਾਰ ਦਾ ਇਹੀ ਟੀਚਾ ਹੈ ਕਿ ਕੋਈ ਵੀ ਬੱਚਾ ਸਿੱਖਿਆ ਤੋਂ ਵਾਂਝਾ ਨਾ ਰਹੇ। ਇਸ ਕਰਕੇ ਹਰ ਪਿੰਡ ਦੇ ਵਿੱਚ ਇਹ ਗੱਡੀ ਜਾਏਗੀ ਜਿੱਥੇ ਬੱਚਿਆਂ ਨੂੰ ਅਤੇ ਉਹਨਾਂ ਦੇ ਪੇਰੈਂਟਸ ਨੂੰ ਮੋਟੀਵੇਟ ਕੀਤਾ ਜਾਏਗਾ। ਇਸ ਦੇ ਵਿੱਚ ਸਾਡੇ ਜੋ ਜਿੰਨੇ ਵੀ ਅਧਿਆਪਕ ਨੇ, ਟੀਚਰਸ ਨੇ, ਉਹ ਵੀ ਜਾ ਕੇ ਪੇਰੈਂਟਸ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਮੋਟੀਵੇਟ ਕਰਾਂਗੇ ਕਿ ਤੁਸੀਂ ਸਕੂਲਾਂ ਦੇ ਵਿੱਚ, ਸਰਕਾਰੀ ਸਕੂਲਾਂ ਦੇ ਵਿੱਚ ਆਪਣੇ ਬੱਚਿਆਂ ਦਾ ਦਾਖਲਾ ਕਰਾਓ। ਖਾਸ ਤੌਰ 'ਤੇ ਜਿੰਨੀ ਵੀ ਕੁੜੀਆਂ ਨੇ, ਉਹ ਕਿਸੇ ਵੀ ਕਾਰਨ, ਕਿਸੇ ਵੀ ਵਜੋਂ ਸਿੱਖਿਆ ਤੋਂ ਵਾਂਝੀ ਨਹੀਂ ਰਹਿਣੀ ਚਾਹੀਦੀ ਹੈ। ਇਸ ਕਰਕੇ ਉਹਨਾਂ ਨੂੰ ਵੀ ਮੋਟੀਵੇਟ ਕੀਤਾ ਜਾਏਗਾ, ਉਹਨਾਂ ਦੇ ਪੇਰੈਂਟਸ ਨੂੰ ਮੋਟੀਵੇਟ ਕੀਤਾ ਜਾਏਗਾ ਕਿ ਤੁਸੀਂ ਕੁੜੀਆਂ ਨੂੰ ਪੜ੍ਹਾਓ, ਬੱਚਿਆਂ ਨੂੰ ਪੜ੍ਹਾਓ, ਤਾਂ ਕਿ ਉਹਨਾਂ ਦਾ ਭਵਿੱਖ ਜੋ ਹੈ ਅੱਗੇ ਉਹ ਸੁਨੇਹਾ ਹੋ ਸਕੇ ਅਤੇ ਆਪਣੇ ਪੂਰੇ ਭਾਰਤ ਦਾ ਭਵਿੱਖ ਇੱਕ ਅੱਛਾ ਹੋ ਸਕੇ।